थार की बाबा एक कट नब्बे इधर मर जा भैन का खसम इधरी गल करी जी नानवे मेरी सारे वीर हाथ जोड़ के बेनती है कृपा करके समाज सेवक सभ्याचारक धार्मिक बिरती वाले लोग फेसबुक बड़े विद्वान बीबिया साड़ी वीडियो ना देख क्योंकि साड़ी वीडियो दे विच गाला निकल जाते हैं। असी पूरी कोशिश करते हैं भी गाला ना कढ़ीए साडे वीर फिर भी आपके जज्बातों को काबू नहीं कर सकते गाल निकल जाती है। ये वीडियो साड़ी लुच्चे लंडे ते काले तेल वाले वीर वास्ते है ना ही साडा चैनल सबसक्राइब करो ना ही वो घंटी दबाओ क्योंकि यूट्यूब फेसबुक से बहुत वधिया वधिया चीज़ा पईआं तुसीं ओह जाके देखो साडा गंद ना देखो धन्यवाद। ਤੁਸੀਂ ਨਾਲ ਹੋਈ ਇਹਨਾਂ ਨੂੰ? ਹਾਂਜੀ 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 ਡਾਕਟਰ ਸਾਹਿਬ। ਦੇਖੋ ਬਾਬਾ ਜੀ ਆਪਾਂ ਨੂੰ ਅੱਖਾਂ ਦਾ ਡਰ ਹੁੰਦਾ। ਹਾਂਜੀ ਹਾਂਜੀ। ਅੱਖਾਂ ਇਹਨਾਂ ਦੀਆਂ ਠੀਕ ਨੇ? ਠੀਕ ਹੈ ਜੀ, ਠੀਕ ਹੈ। ਅਤੇ ਇਹਨਾਂ ਦਾ 80-85% ਜਿਹੜਾ ਚਿਹਰਾ ਜਲ ਚੁੱਕਿਆ। ਅੱਛਾ ਜੀ। ਹਾਂਜੀ, ਠੀਕ ਤਾਂ ਹੋ ਜਾਣਗੇ ਜੀ? ਦੇਖੋ ਰਿਕਵਰ ਹੋਣ ਦੇ ਚਾਂਸ ਬਹੁਤ ਘੱਟ ਆ। ਅੱਛਾ ਜੀ। ਆਪਾਂ ਕੋਸ਼ਿਸ਼ ਕਰ ਸਕਦੇ ਹਾਂ। ਠੀਕ ਹੈ, ਠੀਕ ਹੈ। ਅਤੇ ਬਾਕੀ ਆਪਾਂ ਕੈਬਿਨ 'ਚ ਬਹਿ ਕੇ ਗੱਲ ਕਰ ਲੈਂਦੇ ਹਾਂ। ਠੀਕ ਹੈ, ਠੀਕ ਹੈ, ਠੀਕ ਹੈ। ਚਲੋ ਚਲੋ ਡਾਕਟਰ। ਅੱਛਾ ਬਾਬਾ ਜੀ, ਦੇਖੋ ਆਪਾਂ ਰਿਕਵਰ ਤਾਂ ਕਰ ਲਾਂਗੇ। ਅੱਛਾ ਜੀ, ਅੱਛਾ। ਐਂ ਵੀ ਰਿਕਵਰ ਹੋ ਜੂਗਾ, ਐਂ ਰਿਕਵਰ ਕਰਾਂਗੇ ਨਾ ਥੋੜ੍ਹੇ ਨਿਸ਼ਾਨ ਰਹਿ ਜਾਣਗੇ ਮੂੰਹ 'ਤੇ। ਅੱਛਾ ਜੀ। ਜੇ ਆਪਾਂ ਨਿਸ਼ਾਨ ਮਿਟਾਉਣੇ ਆ ਪੂਰੇ ਠੀਕ ਕਰਨਾ ਤਾਂ ਉਹ ਪਲਾਸਟਿਕ ਸਰਜਰੀ ਕਰਨੀ ਪਊਗੀ ਆਪਾਂ ਨੂੰ। ਅੱਛਾ, ਉਹ ਕੀ ਹੁੰਦੀ ਹੈ ਡਾਕਟਰ ਸਾਹਿਬ ਜੀ? ਪਲਾਸਟਿਕ ਸਰਜਰੀ ਇਹ ਟ੍ਰੀਟਮੈਂਟ ਹੁੰਦਾ ਇੱਕ। ਅੱਛਾ ਜੀ। ਓਪਰੇਸ਼ਨ ਵਾਂਗੂ ਹੁੰਦਾ। ਅੱਛਾ ਜੀ, ਠੀਕ ਹੈ। ਅਤੇ ਇਹ 'ਤੇ ਖਰਚਾ ਆਜੂਗਾ ਪਰ ਕਾਫੀ ਜ਼ਿਆਦਾ। ਖਰਚਾ ਕਿੰਨਾ ਕਹਿੰਦੇ ਡਾਕਟਰ ਸਾਹਿਬ? ਦੇਖੋ ਆ ਜੂਗਾ ਜੀ 2-3 ਲੱਖ ਖਰਚਾ ਆ ਸਕਦਾ, ਤੇ ਵੱਧ ਵੀ ਆ ਸਕਦਾ। ਮੂੰਹ ਜਮਾ ਠੀਕ ਹੋ ਜੂਗਾ ਜੀ? ਹਾਂ ਹਾਂ, ਠੀਕ ਹੋ ਜੂਗਾ। ਜਮਾ ਸਾਫ ਹੋ ਜੂ? ਬਿਲਕੁਲ ਹੋ ਜੂਗਾ। ਕੋਈ ਗੱਲ ਨਹੀਂ ਡਾਕਟਰ ਸਾਹਿਬ, ਰੁਪਈਆਂ ਦਾ ਫਿਕਰ ਨਾ ਕਰੋ, ਰੁਪਈਆਂ ਦਾ ਕੋਈ ਚੱਕਰ ਨਹੀਂ ਹੈਗਾ। ਠੀਕ ਹੈ, ਮੂੰਹ ਜਮਾ ਹੀ ਪਹਿਲਾਂ ਵਰਗਾ ਕਰ ਦਿਓ ਜੀ। ਬਿਲਕੁਲ ਕਰ ਦਾਂਗੇ ਜੀ, ਅਸੀਂ ਕੋਸ਼ਿਸ਼ ਕਰਾਂਗੇ ਪੂਰੀ। ਹਾਂਜੀ ਹਾਂਜੀ, ਬਸ ਕਰ ਦਾਂਗੇ ਜੀ, ਕੋਈ ਚੱਕਰ ਵਾਲੀ ਗੱਲ ਨਹੀਂ। ਹਾਂਜੀ, ਕਿੰਨੇ ਕੁ ਦਿਨ ਲੱਗ ਜਾਣਗੇ ਡਾਕਟਰ ਸਾਹਿਬ ਜੀ? ਇਹਨੂੰ ਲੱਗ ਜਾਣਗੇ ਜੀ 5-6 ਦਿਨ ਤਾਂ ਲੱਗ ਜਾਣਗੇ। ਬਸ ਠੀਕ ਹੈ, ਠੀਕ ਹੈ, ਠੀਕ। ਹਾਂਜੀ, ਚਲੋ ਠੀਕ ਹੈ, ਮੈਂ ਮੁੰਡੇ ਨੂੰ ਦੱਸ ਦਿੰਦਾ ਉਹਦਾ ਡਾਕਟਰ। ਹਾਂਜੀ ਹਾਂ, ਠੀਕ ਹੈ ਜੀ, ਓਕੇ। ਮੈਂ ਡਾਕਟਰ ਕੋਲ ਜਾਇਆ, ਡਾਕਟਰ ਕਹਿੰਦਾ ਠੀਕ ਹੋ ਜੂ। ਠੀਕ ਆ ਆਪੋ? ਹਾਂ ਹਾਂ, ਫਿਕਰ ਕਰਨ ਦੀ ਲੋੜ ਨਹੀਂ। ਉਹ ਡਾਕਟਰ ਕਹਿੰਦੇ ਉਹ ਰਾਵੜ ਦਾ ਮੂੰਹ ਜਿਹਾ ਚੜਾਉਂਦੇ ਨੇ, ਕੀ ਕਹਿੰਦੇ ਹੁੰਦੇ ਨੇ ਉਹਨੂੰ? ਪਲਾਸਟਿਕ ਸਰਜਰੀ ਆਪੋ? ਹਾਂ ਹਾਂ, ਉਹ ਕਰਨਗੇ। 4-5 ਦਿਨ ਇੱਥੇ ਹੀ ਰੱਖਣੀ ਪਊ ਹੁਣ ਇਹ। ਠੀਕ ਹੋ ਜੂ ਆਪੋ? ਹਾਂ ਹਾਂ, ਡਾਕਟਰ ਕਹਿੰਦਾ ਜਮਾਂ ਠੀਕ ਹੋ ਜੂ, ਅਤੇ ਬਾਕੀ ਮੈਂ ਘਰ ਜਾਣਾ, ਨਾਲ ਤਾਂ ਮੈਂ ਪੈਸਾ ਟੁਕਾ ਚੱਕ ਲਿਆਊਂਗਾ, ਨਾਲੇ ਤੁਹਾਡੀ ਹੱਥ ਨੇ ਰੋਟੀ ਰੁਟੀ ਭੇਜ ਦੂੰਗਾ। ਠੀਕ ਆ, ਠੀਕ ਹੈ, ਮੈਂ ਮਿਸਤਰੀ ਨਾਲ ਵਗ ਜਾਂਦਾ ਘਰੇ, ਜੇ ਲੋੜ ਹੋਈ ਫੋਨ ਫਾਨ ਕਰ ਲਿਓ। ਛੇਤੀ ਆਈ ਬਾਪੂ, ਡਰ ਲੱਗੀ ਜਾਂਦਾ। ਉਹ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਠੀਕ ਹੋ ਜੂ, ਬਸ ਤੂੰ ਨਿਗਾਹ ਰੱਖੀ। ਠੀਕ ਹੈ, ਉਹ ਤਾਂ ਡਾਕਟਰਾਂ ਦੀ ਜ਼ਿੰਮੇਵਾਰੀ ਹੈ, ਜਮਾਂ ਠੀਕ ਕਰ ਦੇਣਾ। ਚੋਟੀ ਦਾ ਡਾਕਟਰ ਹੈ ਤਾਂ ਮੰਨਿਆ ਪਰ ਮੰਨਿਆ, ਦੇਖੀ ਚਾਹੀ ਤੂੰ। ਕੁਛ ਹੁੰਦਾ ਤਾਂ ਨਹੀਂ ਆਪੂ? ਇਹਨਾਂ ਨੂੰ ਕੁਛ ਨਹੀਂ ਹੁੰਦਾ ਹੈਗਾ, ਜਮਾਂ 1 ਨੰਬਰ ਕੰਮ ਕਰ ਦੂੰ। ਚੰਗਾ ਫਿਰ ਮੈਂ ਆਉਣਾ। ਠੀਕ ਆ ਆਪੂ। ਹਾਂ, ਕਰਤਾ ਹੀ ਲੱਗਦਾ ਹੈ ਨਾ। ਚੱਲ ਫਿਰ ਪੁੱਛੀਏ ਹੈਗਾ, ਕਰੀ ਹੈਗਾ। ਓਏ ਹੀਰੇ, ਉਹ ਬਾਰਾ
ਕਿਹੜਾ ਅੰਦਰ ਹੀ ਆ ਜਾਓ ਓਏ ਹੀਰਾ ਤੇਰਾ ਨਾਂ ਗਾ ਹਾਂ ਰੀਠਾ ਤੇਰਾ ਯਾਰ ਹੈਗਾ ਹਾਂ ਉਹ ਜੇਲ੍ਹ ਚ ਹੈਗਾ ਜੇਲ੍ਹ ਚ ਕਿਵੇਂ ਵੱਗ ਗਿਆ ਉਹਨੇ ਚੋਰੀ ਕਰ ਲਈ ਸੀਗੀ ਚੋਰੀ ਗੇਟ ਚੋਰੀ ਕਰ ਲਈ ਉਹਨੇ ਕੰਜਰ ਦਾ ਗੇਟ ਚੋਰੀ ਕਰ ਗਿਆ ਹਾਂ ਹੋ ਅੱਛਾ ਜੀ ਬੜਾ ਵਿਆਸ਼ਾ ਹੈ ਹਾਂ ਉਹਨੇ ਕਿਹਾ ਤਾਂ ਹੈਗਾ ਵੀ ਸੁਨੇਹਾ ਲਾ ਦੇ ਸਾਨੂੰ ਅਸੀਂ ਲੇਟ ਹੋ ਗਏ ਅੱਛਾ ਹਾਂ ਮੈਨੂੰ 15 ਦਿਨ ਹੋ ਗਏ ਉਹਨੂੰ ਲੱਭਦੇ ਨੂੰ ਕੰਜਰ ਦਾ ਮਿਲੇ ਹੀ ਨਹੀਂ ਕਿਤੇ ਉਹ ਸਾਨੂੰ ਕੰਮ ਧੰਦੇ ਵਾਲੇ ਹੋ ਗਏ ਸੀਗੇ ਅੱਛਾ ਹਾਂ ਨਾਂ ਕਿੱਦੇ ਛੱਡੋਗੇ ਉਹ ਕੋਈ ਨਾ ਛੱਡ ਦਾਂਗੇ ਗੱਲ ਸੁਣ ਓਏ ਹਾਂ ਉਹਦੀ ਕੋਈ ਸੇਲੀ ਸੁਲੀ ਪਈ ਗਿਆ ਕੋਲ ਹਾਂ ਉੱਡੀਆਂ ਵੀ ਹੈਲੀਆਂ ਨਾ ਭਾਣ ਦੇ ਹਾਂ ਅਜੀ ਬੰਦੇ ਨਹੀਂ ਉਹਨੂੰ ਵੀ ਦੱਸ ਦੀ ਲਾ ਦੀ ਸੁਨੇਹਾ ਕੋਈ ਨਾ ਦੱਸ ਤੂੰ 13 ਤਰੀਕ ਨੂੰ ਆ ਜਾਓ ਲੈ ਕੇ ਚਾਰ ਬੰਦੇ ਠੀਕ ਆ ਕਿਉਂ ਉਹਦੀ ਜ਼ਮਾਨਤ ਕਰਾ ਲਿਓ ਖਰਚਾ ਕਿੰਨਾ ਕੋ ਜੋ ਓਏ ਸਰਕਾਰੀ ਵਕੀਲ ਆ ਕੋਈ ਖਰਚਾ ਨਹੀਂ ਹੁੰਦਾ ਆ ਜਾਓ ਠੀਕ ਆ ਠੀਕ ਆ ਜੀ ਜਨਾਬ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਕੌਣ ਘਰ ਵਾਲੀ ਆ ਮੇਰੀ ਮੇਰੇ ਘਰ ਵਾਲੀ ਆ ਹਾਂ ਸੁਣੀ ਵਾਲੀ ਤਾਂ ਬੜੀ ਸੋਹਣੀ ਲਈ ਫਰਦਾ ਕੀ ਕਹਿੰਦੇ ਓਏ ਕੋਹਨੀ ਹਾਂ ਕੀ ਗੱਲ ਹੋ ਗਈ ਸੀ ਕੋਈ ਗੱਲ ਨਹੀਂ ਹੋਈ ਹੈਗੀ ਚੱਲ ਅੰਦਰ ਤੂੰ ਚੰਗਾ ਫਿਰ ਅਸੀਂ ਜਾਣੇ ਹੈਗੇ ਜਾਓ ਬਹਿ ਜਾ ਜੀ ਚਾਹ ਬਣਾਉਣੀ ਹੈ ਪੀਣੀ ਹੈ ਚਾਹ ਓਏ ਪੀ ਲੈਨੇ ਜੀ ਨਾ ਚਾਹ ਨੂੰ ਇੱਥੇ ਬੂਰੀਆਂ ਬੰਨੀਆਂ ਨੇ ਚਾਹ ਚੰਗਾ ਲੰਘ ਜਾਓ ਜਾਓ ਮੇਰੇ ਗੱਲ ਸੁਣ ਹਾਂਜੀ ਜਣੇ ਖਣੇ ਨੂੰ ਚਾਹ ਪੁੱਛਣ ਲੱਗੇ ਨੇ ਤੂੰ ਹੁਣ ਮੁਲਾਜ਼ਮ ਸੀਗੇ ਹਾਂ ਮੁਲਾਜ਼ਮ ਰ 3600 ਬੰਦਾ ਆਉਂਦਾ ਮੇਰੇ ਕੋਲੇ ਚੰਗਾ ਤੂੰ ਤਾਂ ਹੀ ਕਰਦਾ ਹੁੰਨਾ ਲੰਘਿਆ ਠਾਣੇ ਕੀ ਕਰਾਂਗੇ ਮਸਾਂ ਤਾਂ ਛੁੱਟੀ ਮਿਲੀ ਆ ਘਰੇ ਚੱਲਦੇ ਆ ਘਰੇ ਹੋਰ ਘਰੇ ਗੇੜਾ ਗੁੜਾ ਮਾਰ ਕੇ ਆਉਂਦੇ ਚੱਲ ਫਿਰ ਮੈਂ ਵੀ ਘਰੇ ਜਾ ਆਉਂਗਾ ਪਿੰਡ 'ਚ ਗੇੜਾ ਮਾਰ ਕੇ ਜਾਇਆ ਕਰਾਂਗੇ ਹੁਣ ਆਪਾਂ ਐਂ ਕਰੋ ਸੋਨੀ ਐਂ ਦੀ ਚੱਲਦੇ ਆ ਚਲੋ ਹੋਰ ਇੱਧਰ ਦੀ ਕਦੋਂ ਨਹੀਂ ਆਉਂਦੇ ਓਏ ਇਹ ਸੜਕ ਅੱਗੋਂ ਪੱਟੀ ਪਈ ਆ ਗਲੀ ਖਰਾਬ ਹੋ ਰਹੀ ਇਹ ਚਾਹੇ ਪੱਟੀ ਪਈ ਆ ਪਤਾ ਗੱਲ ਕੀ ਇੱਧਰ ਦੀ ਆਪਾਂ ਨੇੜੇ ਪਊਗਾ ਇੱਧਰ ਦੀ ਚੱਲਾਂਗੇ ਆਪਾਂ ਨੇੜੇ ਨੂੜੇ ਤਾਂ ਨਹੀਂ ਆਪਾਂ ਐਂ ਚੱਲਦੇ ਆ ਬਸ ਤੈਨੂੰ ਕਹਿਤਾ ਨਾ ਕੋਈ ਮੇਰੇ ਨਾਲ ਬਹਿਸ ਬਾਜ ਨਹੀਂ ਕਰਨੀ ਆਪਾਂ ਇਹ ਦੀ ਚੱਲਦੇ ਤੈਨੂੰ ਇੱਧਰ ਦੀ ਕੀ ਚੱਕਰ ਹੈ ਉਹ ਬੈਠਾ ਮੇਰਾ ਸਾਲਾ ਮੱਗਰ ਅੱਗੇ ਮੱਗਰ ਬੈਠਿਆ ਉਹਦੇ ਪਿੱਛੇ ਆਪਾਂ ਪਿੰਡ ਨਾਲ ਛੱਡ ਕੇ ਭਾਜੀਏ ਹੁਣ ਤੇ ਹੋਰ ਘਰ ਤਾਂ ਛੱਡਤਾ ਉਹਦੇ ਪਿੱਛੇ ਹੋਰ ਕੀ ਭਾਲਦੀ ਹੁਣ ਤੂੰ ਤੂੰ ਉਹ ਬਸ ਉਹ ਕਰੀ ਜਾਇਆ ਕਰ ਫਿਰ ਮੈਂ ਤੋ ਜੂਤ ਖਾਊਗਾ ਉੱਥੇ ਜੇ ਕੋਈ ਇੱਧਰ ਕਹਿੰਦਾ ਤੈਨੂੰ ਖੁਚ ਤੱਕ ਕਰਨ ਦਾ ਇੱਧਰ ਦੀ ਵਗ ਜਾ ਚੱਲ ਇੱਧਰ ਦੀ ਵਗ ਚੱਲ ਹੋਰ ਖੁਚ ਤੇ ਪਾ ਜਾਊਗਾ ਉਹੀ ਸਾਰਾ ਦਿਨ ਮੱਚੀ ਸੜੀ ਰਹਿੰਦੀ ਹੈ ਬੇਵਾ ਹੋਰ ਤੇ ਤੂੰ ਵੀ ਜਾਦੇ ਹੱਸ ਗਿਆ ਆ ਕਰ ਸੋਨੀ ਬੂ ਇਹ ਹਾਂ ਮੋਰੇ ਬੰਦ ਕਰ ਦਿਆਂਗੇ ਵੱਡੇ ਵੱਡੇ ਅਫਸਰ ਨਿਕਲ ਕੇ ਗਏ ਇੱਥੋਂ ਖੋਲੋ ਜੀ ਆਜੋ 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 ਆ ਕਮਰੇ ਦੇਖੋ ਸੋਨੀ ਪਹਿਲਾਂ ਦੇ ਭੈਣ ਚੋਦ ਕਿੱਡੇ ਖੁੱਲੇ ਖੁੱਲੇ ਕਮਰੇ ਆ ਉੱਥੇ ਤਾਂ ਐਵੇਂ ਘੁੱਟਣ ਚ ਮਰੀ ਜਾਂਦੇ ਸੀ ਆ ਦੇਖੋ ਵਧੀਆ ਜੀ ਬਹੁਤ ਵਧੀਆ ਘਰ ਆਪਣਾ ਕਰਦੀ ਹੈ ਨਾ ਗੱਲ ਤੇ ਗੱਲ ਤਾਂ ਬਣਦੀ ਆ ਪਰ ਮੇਰੀ ਤਾਂ ਉਹਰੇ ਵੱਡੀ ਰੂ ਨਹੀਂ ਕਰਦੀ ਉਹਰੇ ਅੰਦਰ ਵੜਨ ਨੂੰ ਕੀ ਹੋ ਗਿਆ ਵੱਡੀ ਨਹੀਂ ਕੀ ਹੋਇਆ ਤੈਨੂੰ ਵਧੀਆ ਤਾਂ ਹੈਗਾ ਘਰ ਇਹ ਮੜੀ ਸਫਾਈ ਕਰਨ ਵਾਲੀ ਬਸ ਇੱਥੇ ਆ ਜਾਓ ਆ ਦੇਖ ਭੈਣ ਚੋਦ ਅੰਗਰੇਜ਼ਾਂ ਵੇਲੇ ਦੀ ਚਿੱਤਰਕਾਰੀ ਕਰੀ ਪਈ ਆ ਮੀਨਾਕਾਰੀ ਹੈ ਇਹਨੂੰ ਜਦੋਂ ਕਰਵਾਇਆ ਰੰਗ ਤਾਂ ਗੱਲ ਬਣ ਜੂਗੀ ਖਰਾਬ ਹੋਵੇ ਹੋਰ ਬਲਬ ਤਾਂ ਲਵਾ ਦਿਆ ਕਰਾਂਗੇ ਹੁਣ ਹਰੇਕ ਗੱਲ ਗਾਲ ਚ ਕੱਢਣੀ ਜ਼ਰੂਰੀ ਆ ਕਿਸੇ ਗੱਲ ਗਾਲ ਤਾਂ ਫਿਰ ਚੁੱਪ ਕਰ ਜਾ ਆ ਦੇਖ ਜਸ ਇੱਥੇ ਹੀ ਬਲਬ ਟੰਗ ਸਕਦੇ ਆਪਾਂ ਹਾਂ ਹਨਾ ਹੈ ਇੱਥੇ ਇੱਕ ਹੋਰ ਦੀਵਾ ਲਾ ਲਿਆ ਕਰੋ ਕੋਈ ਮੱਛਰ ਨਾਲ ਲੜੂਆ ਤੁਹਾਡੇ ਆ ਜਾਓ ਆਪਾਂ ਹੀ ਤੇਲ ਮਕਾਉਣ ਦੀ ਰਾਂਗੇ ਦੀਵੇ ਲਾ ਲਾ ਉਹਨੇ ਭੈਣ ਚੋ ਥਾਂ ਥਾਂ ਕਣਸਾ ਦਿੱਤਾ ਪੰਜਾ ਹੋਰ ਤੁਹਾਨੂੰ ਕੀ ਚਾਹੀਦਾ ਇੱਥੇ ਕੋਈ ਮਰਜ਼ੀ ਸਮਾਨ ਚਣੋ ਆ ਮੈਂ ਤਾਂ ਜੀ ਆ ਕਮਰਾ ਵਧੀਆ ਲੱਗਦਾ ਮੈਂ ਇਹ ਰੱਖੂੰਗੀ ਆ ਕਮਰਾ ਰੱਖ ਲਓ ਹਾਂ ਜਿਹੜੇ ਨੂੰ ਫਿੱਟ ਲੱਗਦਾ ਮੈਂ ਰੱਖੂੰਗੀ ਇਹ ਤੂੰ ਉਧਰ ਵਗ ਜਾ ਠੀਕ ਹੈ ਨਾ ਕਮਰਾ ਮੈਂ ਲਊਂਗੀ ਨਾਲੇ ਕਿੰਨਾ ਸੋਹਣਾ ਕਿੱਧਰ ਵਗ ਜਾ ਬਸ ਚੁੱਪ ਕਰ ਜਾ ਕੰਜਰ ਕਲੇਸ ਨਾ ਕਰੋ ਆਪਾਂ ਨਵੇਂ ਘਰੇ ਆਏ ਆ ਠੀਕ ਆ ਬੋਰਡ ਬੂਡ ਮੈਂ ਸੈੱਟ ਕਰਾ ਦੂੰਗਾ ਦੋ ਦਿਨਾਂ ਚ ਰਸੋਈ ਦੇਖੋ ਰਸੋਈ ਦੇਖਣ ਨੇ ਮੈਂ ਦੇਖ ਦੱਸ
खाना रसोई नू तू मेरा तू भी दस दे चौंका चुल्ला रहेगी है तेन यूपी गया सफाई मैं करा दूंगा कोई नी तुसी रहने दो मैं सफाई करा एक तां मेरी गल सुन ला उन्हूं ना सद्दी दुबारे कदे भी भैन चो जिद्दी आई उन्हें एक भी गल सही नहीं कीती इहदे ते ना सोनी मैं दूजी करंट वाली तार लवा दूंगा उत्तों चलो मेरे ख्याल चलना चाहिए नहीं बह जा तू चलो आया करो जस हाँ जी आप समान अच धारी लें हाँ है एड्डी छेती समान धरन की होया पहला जी सफाई सफुई कराओ अंदरों सफाई आप नु करनी पऊ कोई बाहरों नहीं आके करदा अद्धी रात हो गई टह जाना हजे तक नहीं मुड़ के आया है दस एड्डी किड्डी की गल हो गई माड़ा जहा तेजाब पिया दबा के दवाई टाइम ना मोड़ लिया लैदे मगर लग गया जो मैनू भी कुट गया टह जाना हजे तक नहीं आए है ढंग कर दी तो सौ ढंग कर दी ओनू की होया दस माड़ा जहा तेजाब जा पिया उ अज सारिया रोटियां आपने लाइया इन औखिया हो गई मैं धूं पी जाता अखा च लै अद्धी रात करे ओनू की होया सी माड़ा जहा तेजाब पिया सी इतों ट्यूब लवा के मोड़ लिया ये कले तुर मगर उन्होंने किधर छड़ है टाइम ना बर जा करा वो कद नहीं आए है बह जा बह के गल कर ला भैन कड़ा भी दी कोई बुरकी अड़ जू गल च तेरे मैं तो पकाउंदी सी पकाई बैठी हाँ पकाई बैठी हाँ नाले हो किधर रह गए कुड़ी दाखल कर ली डाक्टर ने दाखल नू की होया चौरिया माड़ा जहा तेजाब जा पिया अखा चना पै गया अन्नी हो जांदी कुड़ी
ਉਹਦੀ ਜ਼ਬਾਨ ਤੇ ਨਹੀਂ ਪਿਆ ਮੇਰੇ ਨਾਲ ਲੜਾਉਂਦੀ ਆ ਜਿਹੜੀ ਉਹ ਜ਼ਬਾਨ ਤੇ ਨਹੀਂ ਪਿਆ ਨਾਲ ਹੁਣ ਡਾਕਟਰ ਕਹਿੰਦਾ ਉਹਦੇ ਤਾਂ ਹੁਣ 2.5-3 ਲੱਖ ਰੁਪਈਆ ਲੱਗੂ ਨਹੀਂ ਲਾਉਣੇ ਹੈਗੇ ਤੇ ਰੁਪਈਏ ਨੇ ਇੰਨੇ ਵਾਲੀ ਹੈ ਨਹੀਂ ਓਏ ਲਾਉਣੇ ਪੈਣਗੇ ਉਹ ਕਦੇ ਉਹ ਕਰੂ ਕੀ ਹੁੰਦੀ ਆ ਉਹ ਰਾਵੜ ਦੀ ਪਰਦਰੀ ਬੁਰਦਰੀ ਪਤਾ ਨਹੀਂ ਕੀ ਕਰੂਗਾ ਉਹ ਕਰੂਗਾ ਡਾਕਟਰ ਅੱਛਾ ਰਾਵੜ ਦਾ ਮੂੰਹ ਜਿਹੜਾ ਹੋਊਗਾ ਤੇ ਉਹਦਾ ਸਾਰਾ ਮੂੰਹ ਮੱਚ ਗਿਆ ਹੁਣ ਤਾਂ ਉਹਦੀ ਸ਼ਕਲ ਵੀ ਬਦਲ ਜੂ ਹੁਣ ਤੱਕ ਨਾ ਇਦੂ ਵੀ ਸੋਹਣੀ ਬਣਾ ਦੂ ਉਹਨੂੰ ਮੈਂ ਚੌਰਿਆ ਚੌਰਿਆ ਸ਼ਰਮ ਲਾਈਏ ਮੇਰੇ ਤੇ ਤਾਂ ਕਦੇ 50,000 ਨਹੀਂ ਲਾਇਆ ਉਹ ਤੇ ਇੰਨੇ ਰੁਪਏ ਲਾਏਗਾ ਹੈ ਤੂੰ ਪਵਾਲਾ ਤੇ ਯਾਰ ਤੇਰੇ ਤੇ ਲਾ ਦੂ 3 ਲੱਖ ਜਾ ਪਵਾਲਾ ਨਾਲੇ ਹੋਰ ਕਿਹੜਾ ਵੀ ਜਿਹਨੇ ਜਵਾਕੜੀ ਦੀ ਸ਼ਕਲ ਗਾਲ ਕੇ ਛੱਡ ਰੱਖਤੀ ਤੈਂ ਮੈਨੂੰ ਧੱਕੇ ਮਾਰਦੀ ਸੀ ਉਹ ਤਾਂ ਭਾਈ ਆ ਉਹ ਤੇ ਮੈਂ ਧੱਕੇ ਮਾਰਦੀ ਸੀ ਹਾਂ ਮੈਨੂੰ ਉੱਥੇ ਸਿੱਟ ਗਈ ਸੀ ਮੂਦੇ ਮੂੰਹ ਉਹ ਤੂੰ ਮਾਰਦੀ ਧੱਕਾ ਤੇਜ਼ਾਬ ਕਾਹਨੂੰ ਪਾਉਣਾ ਸੀ ਮੇਰੇ ਗੋਡੇ ਦੁਖਦੇ ਆ ਮੈਂ ਇੱਥੋਂ ਕਿੱਥੇ ਉੱਠਿਆ ਮੈਂ ਤਾਂ ਧੱਕੇ ਮਾਰ ਕੇ ਬੂਥ ਪਰਨੇ ਕਰ ਗਈ ਉਹ ਭੈਣ ਚੋਦੀ ਮੇਰਾ 3 ਲੱਖ ਲਵਾਤਾ ਹੁਣ ਤੂੰ 3 ਲੱਖ ਲਵਾਤਾ ਮੈਂ ਤਾਂ ਕਹਿਣੀ ਆ ਕਿਸੇ ਨੂੰ ਨਹੀਂ ਪਤਾ ਲੱਗਦਾ ਘਰੇ ਲਿਆ ਉਹ ਚੁੱਪ ਕਰ ਜਾ ਹੁਣ ਤਾਂ ਡਾਕਟਰ ਨੇ ਦਾਖਲ ਕਰ ਲਈ ਮੁੰਡਾ ਉੱਥੇ ਹੈ ਕੱਲ ਨੂੰ ਰੁਪਈਏ ਲੈ ਕੇ ਜਾਓ 4-5 ਦਿਨ ਛੁੱਟੀ ਮਿਲ ਜੂ ਉਹਨੂੰ ਲੈ ਫੜਾ ਪਲੇਟ ਫੜਾ ਮੈਂ ਤਾਂ ਕਹਿੰਦਾ ਮਹੀਨਾ ਛੁੱਟੀ ਨਾ ਮਿਲੇ ਉਹਨੂੰ ਬੈਤਲ ਨੂੰ ਚੋਤੀ ਤੂੰ ਉੱਥੋਂ ਉੱਥੇ ਕੀ ਕਰਦਾ ਸੀ ਤੂੰ ਤਾਂ ਟਾਈਮ ਨਾਲ ਆ ਜਾਂਦਾ ਘਰੇ ਉਹ ਟਾਈਮ ਨਾਲ ਹੀ ਆਇਆ ਉੱਥੇ ਮਰੀਜ਼ ਵਾਲੇ ਡਾਕਟਰ ਲੇਟ ਆਇਆ ਉਹ ਰਾਹ 'ਚ ਆਉਂਦਾ ਉਹਦੇ ਹਨੇਰਾ ਹੋ ਗਿਆ ਹਨੇਰਾ ਹੋ ਗਿਆ ਮੈਨੂੰ ਕੁੱਟ ਕੇ ਸਿੱਟ ਕੇ ਗਿਆ ਚੌਰਿਆ ਤੂੰ ਉਹਦੇ ਪਿੱਛੇ ਲੱਗ ਕੇ ਕਾਦੀ ਕਾਈ ਦਾਲ ਬਣਾਈ ਬੈਠੀ ਐ ਉਧਰ ਤਾਂ ਮੂੰਗੀ ਆ ਇੱਧਰ ਆਲੂ ਮਟਰ ਆ ਆ ਜੇਲ੍ਹ ਦਾ ਖਾਣਾ ਨਹੀਂ ਖਾਂਦਾ ਮੂੰਗੀ ਦਾ ਖਾਣਾ ਛੱਡੀ ਭੈਣ ਕਿਹੜਾ ਵੇਦੀਏ ਹੋਰ ਤੂੰ ਅੱਗੇ ਸ਼ਾਹੀ ਪਨੀਰ ਹੀ ਖਾਣਾ ਉਹਦੇ ਹੱਥੋਂ ਸ਼ਾਹੀ ਪਨੀਰ ਹੀ ਖਾਣਾ ਉਹਨੇ ਤਾਂ ਤੈਨੂੰ ਬੈਂਗਣ ਦੇ ਦਾਂਦੀ ਉਹ ਵੀ ਖਾ ਜਾਣਾ ਤੂੰ ਚੁੱਪ ਕਰ ਜਾ ਤੂੰ ਮੈਥੋਂ ਮੁੱਕੀਆਂ ਨਾ ਖਾਣੀ ਤੂੰ ਹੱਥ ਲਾਈ ਮੇਰੇ ਚੋਦੀ ਲਾਈਆਂ ਤਾਂ ਬੜਾ ਬੋਲਦਾ ਕਿਸੇ ਥਾਂ ਦਾ ਹੱਥਾਂ ਚੋਂ ਨਿਕਲ ਗਿਆ ਮੈਂ ਤੂੰ ਚੁੱਪ ਕਰੀ ਜਾਂਦੀ ਆ ਚੁੱਪ ਕਰੀ ਜਾਂਦੀ ਆ ਤੜਕੇ ਵੀ ਤੂੰ ਮੈਨੂੰ ਕੁੱਟ ਗਿਆ ਬੁਰਕੀ ਵੀ ਨਹੀਂ ਖਾਣ ਦਿੰਦੀ ਬੁਰਕੀ ਨਹੀਂ ਖਾਣ ਦਿੰਦੀ ਨਾਲੇ ਹੋਰ ਅੱਗ ਮਜਾਵਾਂ ਠਰ ਗਿਆ ਹੋਏਗਾ ਉਹ ਬਸ ਬਸ ਲੈ ਫੂਕ ਮਾਰਦੀ ਆ ਦੇਖ ਦੇਖ ਅੱਗ ਹੀ ਨਹੀਂ ਮੱਚਦੀ ਬੇ ਮੇਰੀ ਹੌਲੀ ਫੂਕ ਨਿਕਲਦੀ ਆ ਫੂਕ ਤਾਂ ਤੇਰੀ ਐ ਨਿਕਲਣ ਲਾ ਦੂੰ ਐ ਬੇ ਰੋਟੀ ਖਾਂਦਾ ਤਾਂ ਹਟ ਜਾਇਆ ਕਰ ਇੱਕ ਵਾਰੀ ਡੱਕੇ ਚ ਯਾਰ ਪੱਦ ਤੇਰਾ ਤੁਰੀ ਜਾਂਦੀ ਤਾਂ ਨਿਕਲਿਆ ਕਰੂ ਬੇ ਕੀ ਬੋਲਦਾ ਬੇ ਚੌਰਿਆ ਤੂੰ ਬੋਲਦਾ ਭੈਣ ਗੜਾ ਵੀ ਦੀ ਚੋਦੇ ਚੱਲ ਇੱਧਰ ਅੱਜ ਕੋਈ ਨਹੀਂ ਹੈਗਾ ਘਰੇ ਤੂੰ ਮੇਰੇ ਨਾਲ ਜਵਾਨ ਜੀ ਨਾਲ ਲੜਾ ਜਵਾਨ ਜੀ ਨਾਲ ਲੜਾ ਐ ਕਰੀ ਦੁੱਧ ਚ ਚਹਾਰੇ ਪਾਣੀ 4-5 ਫੇਰ ਹਾਂ ਨਾਲੇ ਚੱਕ ਲਈ ਗੁੜ ਦਾ ਡਲਾ ਅੱਜ ਘਰੇ ਕੋਈ ਨਹੀਂ ਹੈਗਾ ਹੈ ਨਹੀਂ ਕੋਈ ਹੈ ਨਹੀਂ ਆਪਣੇ ਗੁੜ ਗੜਾ ਮੁੱਕਿਆ ਪਿਆ ਗਾ ਪਕਾਈ ਨਹੀਂ ਮਾਰਦੇ ਹੁੰਦੇ ਅੱਜ ਦਿਖਾਉਂ ਤੈਨੂੰ ਧਰਮ ਤਾਰਾ ਕਿਹੜਾ ਧਰਮ ਤਾਰਾ ਬੇ ਤੂੰ ਦੇਖ ਤੈਨੂੰ ਦੀਦਾ ਉਹ ਦੇਖ ਉਹ ਆ ਹਾਂ ਦੀਦਾ ਹਾਂ ਵਿਚਾਲਾ ਲਾ ਨਹੀਂ ਦਿਖਿਆ ਤੈਨੂੰ ਦੀਦਾ ਨਹੀਂ ਦੀਦਾ ਤੂੰ ਗੋਰੀ ਪਾਸੇ ਝਕਾਈ ਜਾਂਦਾ ਮੈਨੂੰ ਦਿਖਾਊਂਗਾ ਤੈਨੂੰ ਦਿਖਾਊਂਗਾ ਤੂੰ ਦੁੱਧ ਚ ਹਾਰੇ ਪਾ ਕੇ ਲੈ ਕੇ ਕਰਾਂ ਛੱਡ ਦੇ ਨੂੰ ਹਾਂ ਚੱਲ ਕਰ ਮੰਜੇ ਤੇ ਭੈਣ ਚੋਤ ਦੀ ਜਵਾਕ ਨੇ ਤੇਜ਼ਾਬ ਪਾਤਾ ਅੱਜ ਕਰ ਦਿੰਦੇ ਪੱਦ ਭੈਣ ਚੋਤ ਦੀ ਅੱਜ ਕਿਹੜਾ ਰੌਲਾ ਪਊਗੀ ਅੱਜ ਕਿਹੜਾ ਕਰੇ ਕੋਈ ਹੈਗਾ ਭੈਣ ਡਾਂਗ ਦੇ ਠੰਡੀ ਵਾਲੀ ਹੋ ਗਈ ਮੇਰੇ ਸਾਲੇ ਦੀ ਚੜ੍ਹ ਗਿਆ ਪੋ ਕਹਿੰਦਾ ਬਚਣਗੇ ਉਹ ਜਿਹੜੇ ਪੈਣਗੇ ਦੋ ਮੇਰੇ ਸਾਡੀ ਰਜਾਈ ਰਜੂਈ ਵੀ ਨਹੀਂ ਕੱਢਦੀ ਠੰਡ ਵਾਲੀ ਹੋ ਗਈ ਲੈ ਵੀ ਮਗਰਾ ਦੁੱਧ ਪੀ ਲਾ ਤੱਤਾ ਕਰਕੇ ਲਿਆਈ ਆ ਰੱਖਦੇ ਚਿਹਾਰੇ ਪਾ ਲਈ ਹਾਂ ਅੱਛਾ ਗੁੜਗਾੜ ਨਹੀਂ ਹੈਗਾ ਗੁੜ ਹੈ ਨੀਗਾ ਗੁੜ ਮੁੱਕਿਆ ਪਿਆ ਆਪਣੇ ਗੁੜ ਬਿਨਾ ਕਿਵੇਂ ਕੰਮ ਕਰੂ ਕੀ ਕੰਮ ਗੁੜ ਬਿਨਾ ਕਿੱਥੇ ਪੀਤਾ ਜਾਂਦਾ ਤੈਨੂੰ ਕਦੇ ਸ਼ੂਗਰ ਹੋ ਜੂਗਾ ਇਹਨਾਂ ਗੁੜ ਖਾ ਖਾ ਕੇ ਤੂੰ ਬਿਲਣਾ ਗੁੜ ਖਾਣ ਨੂੰ ਭੈਣ ਚੋਦੀ ਗੁੜ ਨਾਲ ਕਦੇ ਸ਼ੂਗਰ ਹੋਇਆ ਤੇ ਹੋਰ ਕਾਹਦੇ ਨਾਲ ਹੁੰਦਾ ਖੰਡ ਨਾਲ ਸ਼ੂਗਰ ਹੁੰਦਾ ਝੋਟਿਆਂ ਨੂੰ ਤਾਂ ਗੁੜੀ ਚਾਰਿਆ ਜਾਂਦਾ ਹੁੰਦਾ ਗੁੜ ਚਾਰਿਆ ਜਾਂਦਾ ਗਵਾਂਢੀਆਂ ਦੇ ਬੁੜੇ ਨੂੰ ਗੁੜ ਨਾਲ ਹੀ ਹੋਇਆਗਾ ਕਿਹੜੇ ਭੈਣ ਚੋਦ ਨੂੰ ਹੋਇਆ ਗੁੜ ਨਾਲ ਆਹ ਗਵਾਂਢੀਆਂ ਦੇ ਆਪਣੇ ਪਿਛਲੇ ਘਰ ਵਾਲੇ ਨੂੰ ਖੰਡ ਦੀ ਚਾਹ ਪੀਂਦਾ ਸੀ ਉਹ ਤਾਂ ਕੁਛ ਨਹੀਂ ਛੱਡਦਾ ਸੀ ਮੈਂ ਤਾਂ ਇਕੱਲਾ ਗੁੜੀ ਖਾਣਾ ਗੱਲ ਸੁਣ ਵੇ ਹਾਂ ਇੰਨਾ ਪਾਲਾ ਹੋ ਗਿਆ ਕਣਕਾਂ ਬੀਜਤੀਆਂ ਪਹਿਲਾਂ ਪਾਣੀ ਲਾਤਾ ਅੰਦਰ ਪਿਆ ਕਰਾਂਗੇ ਇੱਥੇ ਪਾਲਾ ਪਿੱਠ ਕੁੱਟ ਦੂਗਾ ਆਪਣੀ ਹੋਰ ਮੈਨੂੰ ਤਾਂ ਆਪ ਅਜੇ ਠੰਡ ਲੱਗੀ ਜਾਂਦੀ ਹੈ ਭੈਣ ਕਿਹੜਾ ਪਾਲੀ ਵਾਲਾ ਰਜਾਈਆਂ ਰਜੂਈਆਂ ਕੱਢ ਲੈਂਦੀ ਤੇ ਆਹ ਕਦਾ ਕੱਢਦਾ ਲੈ ਹੁਣ ਕੰਬਲ
ਚਲ ਅੱਜ ਤਾਂ ਇੱਥੇ ਪਾ ਜਾ ਕੁਛ ਨਹੀਂ ਹੁੰਦਾ ਨਾ ਮੈਂ ਤਾਂ ਅੰਦਰ ਜਾ ਕੇ ਪੈਣੀ ਆ ਓਏ ਅੰਦਰ ਕਾਹਨੂੰ ਪੈਣੀ ਆ ਕੱਲ ਨੂੰ ਪਾ ਜਾਾਂਗੇ ਨਾ ਮੈਂ ਤਾਂ ਅੰਦਰ ਪਊਂਗੀ ਮੈਨੂੰ ਤਾਂ ਪਾ ਲੱਗਦਾ ਮੇਰੇ ਤਾਂ ਹੱਡ ਜੁੜੇ ਪਏ ਨੇ ਚੱਲ ਜੇ ਅੰਦਰ ਵੀ ਪੈਣਾ ਫਿਰ ਆਪਾਂ ਉਧਰਲੇ ਘਰੇ ਪਾ ਜਾਾਂਗੇ ਤੇ ਇੱਥੇ ਰਾਖੀ ਕੌਣ ਰੱਖੂਗਾ ਸਾਰੇ ਤਾਂ ਹਸਪਤਾਲ 'ਚ ਪਏ ਆ ਰਾਖੀ ਨੂੰ ਦੱਸ ਤੇ ਹੀਰੇ ਪਏ ਨੇ ਭੈਣ ਦੇ ਯਾਰ ਦੇ ਜਿੰਦਾ ਲਾ ਦਾਂਗੇ ਉੱਧਰ ਪੈਣੇ ਹੁੰਦੇ ਆ ਪਹਿਲਾਂ ਵੀ ਤੂੜੀ ਆਣ ਵਾਲੇ ਕੱਟਾ ਕੋਲੇ ਬਿਠਾ ਆਈਏ ਤੇਰੇ ਪੈਰ ਚਿੱਟੀ ਜਾਓ ਚਿੱਟੀ ਜਾਊ ਪੈਰ ਆ ਆ ਜਾ ਆ ਜਾ ਉੱਧਰ ਹੀ ਪਾਵਾਂਗੇ ਆਪਾਂ ਹੋਰ ਇੱਥੇ ਕੋਈ ਲੈ ਜੂ ਚੱਕ ਕਿਹੜਾ ਸਮਾਨ ਪਿਆਗਾ ਓਏ ਕਿਧਰੇ ਨਹੀਂ ਤੇਰੇ ਟੂਮਾ ਚੱਕ ਕੇ ਲੈ ਕੇ ਜਾਂਦੇ ਤੇ ਆ ਦੁੱਧ ਦੁੱਧ ਵੀ ਚੱਕ ਲੈ ਕਰਾਂ ਚੰਗਾ ਮੇਰੇ ਬਿਸਤਰਾ ਚੱਕ ਮੇਰੇ ਤਾਂ ਗੋਡੇ ਬੜੇ ਦੁਖਦੇ ਆ ਬਿਸਤਰਾ ਆਪੋ ਆਪਣਾ ਚੱਕ ਮੈਂ ਨਹੀਂ ਚੱਕਦਾ ਤੇਰਾ ਬਿਸਤਰਾ ਮੰਜੇ ਉੱਧਰ ਹੈਗੇ ਨੇ ਹਾਂ ਮੰਜੇ ਤਾਂ ਹੈਗੇ ਨੇ ਚੱਲ ਚੱਕ ਕੇ ਰਾਂ ਹੁਣ ਮੈਂ ਦੁੱਧ ਚੱਕੂਗੀ ਕਿ ਇਹ ਚੱਕੂਗੀ ਦੱਸ ਚੱਕ ਲੈ ਆ ਜਾ ਕਰਾਂ ਆ ਜਾ ਚੱਕ ਲੈ ਕਰਾਂ ਮੇਰੇ ਤਾਂ ਬਾਲੇ ਦੁਖਦੇ ਆ ਆ ਜਾ ਹਟਾਉਣਾ ਤੇਰੇ ਅੱਜ ਸਾਰਾ ਕੁਝ ਹਟਾਉਂ ਕੀ ਬੋਲੀ ਜਾਂਦਾ ਆ ਜਾ ਕਿੰਨੀ ਠੰਡੀ ਰਾਤ ਅੱਜ ਰਾਤ ਠੰਡੀ ਹੁੰਦੀ ਆ ਗਰਮੀ ਤਾਂ ਮੇਰੇ ਸਾਲ ਦਾ ਨਜ਼ਾਰੇ ਨਹੀਂ ਹੁੰਦਾ ਗੁੜਚੂ ਗੁੜਚੂ ਹੀ ਕਰੀ ਜਾਂਦੇ ਕੀ ਜੋੜਾ ਮੇਰੇ ਸਾਲ ਦਾ ਪੈਰ 'ਚ ਮੁੜਕੇ ਨਾਲ ਗੁੜਚੂ ਗੁੜਚੂ ਹੀ ਤੇ ਜੋੜਾ ਮੁੜਕੇ ਨਾਲ ਗੁੜਚੂ ਗੁੜਚੂ ਕਰਦਾ ਹੁੰਦਾ ਗਾ ਸਿਆਣਾ 'ਚ ਜਮੀ ਸੁੱਕਾ ਰਹਿੰਦਾ ਹੈ ਪੈਰ ਜਾ ਵੇ ਤੈਨੂੰ ਜਮੇ ਅਕਲ ਨਹੀਂ ਹੈਗੀ ਵੇ ਮੇਰਾ ਤਾਂ ਐਂ ਜੀ ਕਰਦਾ ਹੈ ਆ ਬਰੋਟੇ ਥੱਲੇ ਬੰਜ ਗੱਡਾਂ 'ਚ ਵੇ ਤੂੰ ਤੁਰ ਪਾ ਵੇ ਮੈਂ ਦੁੱਧ ਪਾ ਦੂੰ ਤੱਤਾ ਤੱਤਾ ਤੇਰੇ ਸਿਰ 'ਚ ਕਹਿ ਜੀਆਂ ਗੱਲਾਂ ਕਰੇ ਤੇਰੀ ਉਮਰ ਆ ਕੋਈ ਗੁੜੂਚੂ ਗੁੜੂਚੂ ਕਰਨ ਦੀ ਮੈਂ ਕਿਉਂ ਕਰਾ ਕੀ ਤਾਂ ਦੇਖ ਤੂੰ ਆ ਜਾ ਚੰਗਾ ਆ ਜਾ ਕੁਛ ਨਹੀਂ ਕਰਦਾ ਆ ਜਾ ਕਰਾ ਜਾ ਬੇ ਮਗਰਾ ਮੇਰੇ ਤਾਂ ਗੋਡੇ ਰਹਿ ਗਏ ਵੇ ਓਏ ਕੋਈ ਇਸ ਨਹੀਂ ਹੁੰਦਾ ਇੱਧਰ ਦਾ ਤੱਤਾ ਸੇਕ ਹੀ ਮਾਰੂ ਕੁੰਡਾ ਵੀ ਡਾਲਾ ਕੋਈ ਕੁੱਤਾ ਵੀ ਲੈਣ ਉੱਤੇ ਆ ਚੜੇ ਮੇਰਾ ਹਾਲਾ ਕੰਮ ਮੈਂ ਖਰਾਬ ਹੀ ਕਰ ਦੇ ਹੈ ਮੈਂ ਸਮੂਸਾ ਦਾ ਗੋਹਾ ਗੋਹਾ ਖਾ ਜਾਂਦਾ ਕਿ ਕੁੱਤੇ ਕੱਤੇ ਜੀ ਮੇਰੇ ਇੱਧਰ ਦਾ ਕੀ ਕਰਾਂਗੇ ਉੱਧਰ ਤੂੜੀ ਵਾਲੇ 'ਚ ਨਾ ਪਈਏ ਬੇ ਤੂੜੀ ਵਾਲੀ ਹਜੇ ਠੰਡ ਨਹੀਂ ਆਈ ਹੈਗੀ ਹਜੇ ਕਰ ਕੱਟਿਆਂ ਵਾਲੀ ਠੰਡ ਹੀ ਆਈ ਆ ਚਲ ਫਿਰ ਇੱਥੇ ਪੈ ਗਿਆ ਹਾਂ ਇੱਧਰ ਡਾਲਾ ਕੱਟੇ ਕੋਲੇ ਹਾਂ ਹਾਂ ਲੈ ਦੁੱਧ ਧਰ ਲਾ ਤੇਰਾ ਕੋਲੇ ਨਾਲੇ ਲਿਆ ਲੈ ਹੌਲੀ ਫੜ ਲਾ ਨਾਲ ਜੇ ਲਾ ਲਾ ਤਾਂ ਮੰਜਾ ਠੰਡ ਵਾਲੀ ਹੈ ਨਾਲ ਕੀ ਗੀਜਰ ਆ ਮੇਰੇ ਗੀਜਰ ਕਿਹਾ ਬੜਾ ਕਿਹਾ ਤਾਂ ਲਾਟ ਮਾਰਦੀਆਂ ਲਾਟ ਤੈਨੂੰ ਤਾਂ ਲੱਗਣੀ ਸੀ ਹੁਣ ਮੈਂ ਲਾਟ ਵਿਛਾ ਲਿਆ ਉਹ ਵਿਛਾ ਲਿਆ ਸ਼ਿਕਲੀ ਚੜਾ ਲੈ ਬੇ ਕੱਟਰੂ ਦੇ ਹੈ ਵੇ ਚੜਾ ਲੈ ਮੈਂ ਕਿਹਾ ਮਾੜਾ ਜੀ ਚੜਾ ਲੈ ਨਾਲੇ ਹੋਰ ਚੜਾ ਕੀ ਫਿਰ ਕਰਨ ਤੂੰ ਪਰਾਂ ਲੈ ਜਾ ਕੱਟੇ ਦੀ ਝੂਠੀ ਏ ਬੈਠ ਉੱਤੇ ਨਾਲੇ ਕੋਈ ਨਹੀਂ ਹੈਗਾ ਇੱਦਾਂ ਤੇ ਆਪਣੇ ਕੋਲੇ ਕੋਈ ਹੁੰਦਾ ਗਾ ਠੰਡ ਵਾਲੀ ਹੋ ਗਈ ਹਨਾ ਠੰਡ ਤਾਂ ਹੋ ਗਈ ਤੂੰ ਹੱਥ ਚੱਕ ਮੇਰੇ ਲਵੇ ਜੇ ਲੱਗੀ ਜਾਂਦਾ ਮੈਂ ਕਿਹਾ ਠੰਡ ਵਾਲੀ ਹੋ ਗਈ ਲੱਤਾਂ ਗੋਡੇ ਤੇਰੇ ਖੜ ਜਾਣਗੇ ਧਰੋ ਤਾਰਾ ਦੇਖਦਾ ਵਧੀਆ ਰਹੇਗੀ ਮੈਂ ਬਥੇਰਾ ਦੇਖਿਆ ਤੇਰਾ ਧਰੁਵਤਾ ਓਏ ਮੰਨ ਲੈ ਕੱਲ 10 ਸਾਲ ਹੋ ਗਏ ਹੁਣ ਤਾਂ ਧਰੁਵਤਾਰਾ ਬਾਲਾ ਹੀ ਵੱਡਾ ਹੋਇਆ ਪਿਆ ਹੁਣ ਦੇਖ ਤੂੰ ਬੇ ਮੈਂ ਤੇਰਾ ਦੇਖਿਆ ਵੇ ਕਾਲਾ ਆ ਧਰੁਵਤਾਰਾ ਪਰਾ ਹੋ ਕੇ ਪੈ ਜਾ ਚੰਗਾ ਮੰਜਾ ਨਾਲ ਲਾ ਲਾ ਮਾੜਾ ਜਾ ਤੂੰ ਮੇਰੇ ਮੰਜੇ ਦੇ ਹੱਥ ਨਾਲ ਲਾ ਦੀ ਕਿਤੇ ਹੋਰ ਖੂੰਡੇ ਖਾ ਲੈ ਮੈਥੋਂ ਅੱਜ ਕਿਹੜਾ ਜਵਾਕ ਹੈ ਵੀ ਤੂੰ ਰੌਲਾ ਪਾ ਲਏਗੀ ਤੂੰ ਮੈਂ ਆਖੀ ਜਾਂਦਾ ਮੈਨੂੰ ਸੌਲਣ ਦੇ ਤੜਕੇ ਮੈਂ ਚਾਹ ਚੂ ਦਾਣਾ ਧਰਨਾ ਹੁੰਦਾ ਗਾ ਭੈਣ ਚੋ ਦੇ ਕੱਟੇ ਵੀ ਡਰਾਈ ਜਾਂਦੀਆਂ ਭੈਣ ਕਿਹੜਾ ਵੇਦੀ ਚੱਲ ਕੋਈ ਨੀ ਆਪੀ ਖੜ ਜੂ ਤੂੰ ਮੈਥੋਂ ਖਲਪਾੜ ਨਾ ਖਾ ਲਈ ਨਾਲੇ ਕਿਤੇ ਉਹਦਾ ਮੂੰਹ ਸਜਾਇਆ ਤੇਰਾ ਸਜਾ ਦਾ ਮੈਂ ਤੇਰੇ ਵੀ ਮੂੰਹ ਤੇ ਲਾ ਦੂੰ 2 ਲੱਖ ਰੁਪਇਆ ਜਾਣਦੀ ਆ ਤੈਨੂੰ ਮੈਂ ਥਾਈਲੈਂਡ ਵੇਲੇ ਉਹ ਤਾਂ ਮੇਰੀ ਉਹ ਨੀ ਮਾਰੀ ਕਰ ਦੂੰਗਾ ਤੇਰਾ ਵੀ ਮਨ ਖੁਸ਼ ਤੂੰ ਪਰਾ ਮਰ ਜਾ ਮੇਰੇ ਮੰਜੇ ਦੇ ਲਵੇ ਲੱਗ ਗਿਆ ਸੋਚ ਨਹੀਂ ਮੈਥੋਂ ਬੁਰਾ ਕੋਈ ਨੀ ਕੁੱਤੀ ਜਨਾਨੀ ਕੁੱਤੀ ਜਨਾਨੀ
मैं तेरे वास्ते वधिया दारू लिया कि मैं दारू पी एक दिन है हाँ दारू पीऊंगी रंब लिया कि तू रंब हाँ रंब लिया दे नाले ते ठंड नहीं लगनी हाँ जी पिछली गेड़ी लिया कि मिठी जी वो लिया देगा हाँ वो भी लिया दूंगा दूजा समझ गई सी भी सारा सियाल पीऊंगी तू मेरे लवे ना लग बे सौ जान दे में मैनू तू क्यों बुचकराइया मारी जाना गा तेरी चौर तेरी शर्म ले रही है ठंड वाली है ठंड वाली है मैनू सौ जान दे बुढ़ी नू छोला खानी तेरे निकल लग गए पद जो तू मारदा हुन्ना उदो अज तक वो दिखाई नहीं तेन पहले नहीं बेर फटती तरफ्ता रजगा तो तेरी तुरी जी टट्टी निकलिया करू लोकां दी गल की करिए नी साइडा बुड़ा भी ठरकी है।